ਪੈਨਸ਼ਨ ਆ ਗਈ ਆ ਅਤੇ 1500 ਮੈਨੂੰ ਮਿਲ ਜਾਣਾ ਅਤੇ 1500 ਦਵਿੰਦਰ ਨੂੰ ਮਿਲ ਜਾਣਾ, ਅਤੇ ਕੋਹ ਆਪਾਂ ਦਵਾਈ ਲੈ ਆਵਾਂਗੇ ਅਤੇ ਸੌਦਾ ਵੀ ਲਿਆਉਣ ਵਾਲਾ ਵਾ, ਅਤੇ ਕਿਹੜਾ ਕਿਹੜਾ ਬੰਦਾ ਕਿੱਥੇ ਕਿੱਥੇ ਪੈਸੇ ਵਰਤੂ ਯਾਰ, ਪੈਸੇ ਕ ਮਿਲਦੇ ਹੀ ਥੋੜ੍ਹੇ ਆ, ਇਹਨਾਂ ਨੌਵਾਂ ਪੁੱਤਾਂ 'ਤੇ ਤਾਂ ਕੋਈ ਬੰਦਾ ਆਸ ਨਾ ਰੱਖੇ। ਕਈ ਤਾਂ ਵੇ ਪੁੱਤ ਅਤੇ ਨੌਵਾਂ ਜਿਹੜੀਆਂ ਵਾ ਮਾਪਿਆਂ ਨੂੰ ਉੱਚਾ ਚੁੱਕ ਲੈਂਦੀਆਂ, ਕੋਈ ਫਿਕਰ ਨਹੀਂ ਕਰਨ ਦਿੰਦੀਆਂ ਵੀ ਤੁਸੀਂ ਫਿਕਰ ਨਾ ਕਰੋ ਅਸੀਂ ਹੈਗੇ, ਆਹ ਸਾਡੇ ਤਾਂ ਬਹੁਤ ਨਿਕੰਮੇ ਆ, ਇਹਨਾਂ ਨੇ ਕਿੱਥੇ ਸਾਨੂੰ ਦੁੱਕੀ ਦੇਣੀ। ਮਹਾਂ ਓ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਵੇਖਾਂ ਆ ਮੈਂ ਕੁੱਕਾ, ਇੱਧਰ ਵੇਖੋ ਹੁਣ ਆ ਕੁਰਸੀਆਂ ਮੁੱਧੀਆਂ ਸਿੱਧੀਆਂ ਪਈਆਂ ਉਦਾਂ ਦੀਆਂ, ਸਾਡੇ ਨਿਆਣੇ ਨੂੰ ਨਹੀਂ ਚੁੱਕਦੀਆਂ, ਤੁਹਾਡਾ ਫਰਜ਼ ਨਹੀਂ ਬਣਦਾ, ਆ ਹੁਣ ਕੌਣ ਚੁੱਕਣ ਡਿਆ, ਆ ਮੁਕਤ ਦੇ ਕੰਮ ਹੈ ਨਾ ਆਪਾਂ ਇਹਨਾਂ ਦੇ। ਕੋਈ ਨਹੀਂ ਕੋਈ ਨਹੀਂ, ਇਹ ਬਾਬੇ ਨੇ ਹੀਰੇ ਦਿੱਤੇ ਸਾਨੂੰ ਹੀਰੇ, ਸੱਤ ਸੱਤ ਵਾਰੀ ਚੀਜ਼ਾਂ ਚੁੱਕਾਂਗੇ ਆਪਾਂ ਤੇ ਨਿਆਣਿਆਂ ਦੀਆਂ, ਰੱਬ ਨੇ ਸਾਨੂੰ ਕਿਤੇ ਹੀਰੇ ਦਿੱਤੇ ਬਾਜੀਆਂ ਦਿੱਤੀਆਂ ਮਹਾਰਾਜ, ਮੂਲ ਨਾਲੋਂ ਵਿਆਜ ਪਿਆਰਾ ਵਾ, ਆ ਬੜੇ ਲੀੜੇ ਖਿਲਾਰੇ ਇੱਥੇ, ਇਹ ਇਹਨੇ ਗਿੱਲੀ ਕਰ ਲਏ ਇੱਥੇ ਟੂਟੀ, ਇਹਨੇ ਛੱਡ ਲਈ ਸੀ, ਇਹ ਮੈਂ ਹੀ ਲਾਏ ਆ ਚਾਹ ਪਾ ਤੈਨੂੰ, ਇਹ ਵੀ ਠੀਕ ਬਸ਼ਾ ਪਾਉ ਘੁੱਟ ਕੇ ਘੁੱਟ ਕੇ, ਮੈਂ ਚਾਹ ਹੋਈ ਆ ਤਿਆਰ, ਮੈਂ ਤਾਂ ਨਾ ਨੂੰ ਲਿਆ ਕਿਉਂ ਤਿਆਰ ਹੋ ਕੇ ਕੀ ਕਰਨਾ, ਤੈਨੂੰ ਨਹੀਂ ਪਤਾ, ਹਾਂ ਮੈਂ ਦੇਖਿਆ ਤੈਨੂੰ ਪਤਾ ਵਾ ਕਾਦਾ ਪੈਨਸ਼ਨ ਆ ਗਈ ਆ ਬੁਢਾਪੇ ਦੀ, ਮੈਸੇਜ ਆ ਗਿਆ, ਆਹੋ ਲੈ ਚੱਲ ਚੰਗਾ, ਮੈਂ ਉਹ ਤੈਨੂੰ ਆਖਣ, ਮੈਂ ਦੇਖਿਆ ਤੈਨੂੰ ਪਤਾ ਵਾ ਤੂੰ ਤਾਂ ਤਿਆਰ ਹੋ ਕੇ ਆਈ ਆ, ਅੱਛਾ ਮੈਂ ਨਾ ਹੀ ਵੀ ਚੱਲ ਚਲੀ ਆਪਾਂ ਲੈ ਆਈਏ ਕਢਾ ਕੇ ਬੈਂਕ ਚੋਂ, ਹਾਏ ਆ ਉਦਨ ਜਿੱਦਨ ਪਰਸੋਂ ਚੌਥ ਗਏ ਆ ਮੇਰੇ ਧੌਣ ਦੇ ਮਣਕੇ ਨੂੰ ਪਤਾ ਨਹੀਂ ਕੀ ਹੋਇਆ, ਕੜਕ ਕੜਕ ਹੁੰਦਾ ਤੇ ਬੜੀ ਪੀੜ ਹੋਣ ਡਈ, ਤੇ ਮੇਰੇ ਕੋ ਨਹੀਂ ਮੋਟਰਸਾਈਕਲ ਤੇ ਜਾਇਆ ਜਾਣਾ, ਨਾ ਮੇਰੇ ਕੋ ਤੁਰ ਕੇ ਜਾਇਆ ਜਾਣਾ, ਮੇਰਾ ਤੇ ਲੱਕ ਵੀ ਬੜਾ ਪੀੜ ਕਰਨ ਡਿਆ, ਹੁਣ ਪੈਨਸ਼ਨ ਤੇ ਸਾਨੂੰ 3000 ਮਿਲਣੀ, 1500 3 ਤੇ 1500 ਮੈਨੂੰ, ਜੇ ਮੈਨੂੰ ਕਿਤੇ ਵੱਧ ਮਿਲਦਾ ਨਾ ਮੈਂ ਫਿਰ ਗੱਡੀ ਕਰ ਲੈਂਦਾ ਕਿਰਾਏ ਦੇ ਦਿੱਲੀ, ਨਹੀਂ ਹੁਣ ਟੀਚਰਾਂ ਕਰਨ ਡਏ, ਟੀਚਰਾਂ ਚ ਕਾਹਦੀਆਂ ਗੱਲਾਂ, ਤੈਨੂੰ ਵੀ ਪਤਾ ਵਾ ਹੁਣ ਮੋਟਰਸਾਈਕਲ ਤੇ ਜਾਣਾ, ਹੋਰ ਅਸੀਂ ਭਾਈ ਆ ਇੱਥੇ ਜਾਣਾ ਵਾ, ਦਵਾਈ ਵਾਲੇ ਘੱਟ ਕਰਨੇ, ਦਵਾਈ ਵਾਲੇ ਨੇ ਉਹਨਾਂ ਨੂੰ ਥੋੜਾ ਕਹਿ ਸਕਦੇ ਆਪਾਂ ਵੀ ਘੱਟ ਲੈ ਲੋ, ਸਾਡੇ ਥੋੜੀ ਦਵਾਈ ਲੈ ਆਵਾਂਗੇ ਜਾਣ ਨੂੰ, ਤੁਸੀਂ ਅਜੇ ਮੈਂ ਲੰਮੇ ਪੈਣਾ ਘੜੀ 2 ਮਿੰਟ ਲੰਮੇ ਪੈ ਲੈਣ ਦੋ ਤੇ 5-7 ਮਿੰਟਾਂ ਤੱਕ ਵੀ ਜਾਵਾਂਗੇ, ਨਹੀਂ ਤੁਹਾਡੇ 5 ਮਿੰਟ ਹੀ ਬੜੇ ਲੰਮੇ ਹੋ ਜਾਂਦੇ ਆ, ਕੱਲ ਉਧਰ ਚੱਲ ਗਈ ਮਨਪ੍ਰੀਤ ਕੇ ਘਰ ਤੇ ਮੈਨੂੰ ਆਨੀ ਸੀ ਸਬਜ਼ੀ ਦਾ ਖਿਆਲ ਰੱਖੀ, ਮੈਂ ਆਈ ਉਹ 5 ਮਿੰਟਾਂ 'ਚ ਤੇ ਪੌਣਾ ਘੰਟਾ ਲਾ ਕੇ ਆਈ ਸੀ, ਤੁਹਾਡੇ ਤੇ 5 ਮਿੰਟ ਹੀ ਪਤਾ ਨਹੀਂ ਕਿੱਦਾਂ ਦੇ ਆ, ਅਜੇ ਉੱਥੇ ਬੜੀ ਭੀੜ ਵਾ, ਜਦੋਂ 12-1 ਵਜਦਾ ਕਿਤੇ ਜ਼ਿਆਦਾ ਰਸ਼ ਪੈਂਦਾ, ਸਾਰੇ ਲੋਕੀ ਘਰਾਂ ਦੇ ਕੰਮ ਕਰ ਕਰਕੇ ਜਾਂਦੇ ਤੇ 2 ਵਜੇ ਤੋਂ ਬਾਅਦਾਂ ਵੇਲ ਹੋਣਾ ਵਾ, ਉਦੋਂ ਚੱਲ ਜਾਾਂਗੇ, ਕੋਈ ਨਹੀਂ ਉਦੋਂ ਚੱਲ ਜਾਾਂਗੇ, ਚਲ ਮੈਂ ਇੱਥੇ ਪੈ ਜਾਣਾ, ਹਾਏ ਹਾਏ ਮੇਰਾ ਸਿਰ ਭੰਨ ਦੇਣ ਲੱਗੇ ਸੀਗੇ, ਆਪੇ ਜਾਨੀ ਮੇਰੇ ਮਣਕੇ ਪੀੜ ਕਰਦੇ, ਤੂੰ ਸਰਾਣਾ ਥੋੜਾ ਲੈਣਾ ਵਾ, ਚੰਗੀ ਤੈਨੂੰ ਨਹੀਂ ਗਾ ਸਿਖਾਉਣਾ ਇਹ ਸਰਾਣਾ, ਹਾਏ ਤੁਹਾਨੂੰ ਤੇ ਮੇਰੇ ਵਾਸਤੇ ਹਮਦਰਦੀ ਹੈ ਨਹੀਂਗੀ, ਹਾਏ ਹਾਏ ਹਮਦਰਦੀ ਬਥੇਰੀ ਆ ਮੈਨੂੰ, ਤੂੰ ਆਪੇ ਆਖੀ ਜਾਨੀ ਮੈਨੂੰ ਸਰਵਾਈਕਲ ਜਿਹਾ ਮੈਨੂੰ ਪੀੜ ਹੁੰਦੀ ਆ, ਹਾਂ ਇੱਥੇ ਬਹਿ ਗਏ ਬਣ ਤਣ ਕੇ ਤੇ ਕਿਤੇ ਆ ਗਈ ਨਾ ਬਾਹਰ ਤੇ ਮੂਧਾ ਕਰ ਦੇਣਾ ਗੱਦਰ, ਤੁਸੀਂ ਆ ਜਾਣਾ ਥੱਲੇ ਤੇ ਗੱਦਾ ਕਰ ਦੇਣਾ ਅਗਲੇ ਉੱਤੇ, ਕਿਹੜੀ ਗੱਲੋਂ ਉਹਨੇ ਵਿਛਾਇਆ ਹੀ ਆ ਵੇਖ ਅੰਦਰ ਤੇ ਕਿਤੇ ਗੱਦੇ ਤੇ ਹੀ ਬਹਿ ਗਏ ਆ, ਹਾਏ ਹਾਏ ਸੁਣ ਲਓ ਗੱਲ ਮੇਰੀ ਬਾਬਾ, ਅੰਦਰ ਤੇ ਕਿਤੇ ਲੀੜਿਆਂ ਦਾ ਖਲਾਰਾ ਪਿਆ ਅੱਗੇ ਹੀ ਵੱਡੀ ਦਾ, ਕਿਤੇ ਆ ਗਾ ਪਾਇਆ ਵਾ ਸਾਡੇ ਘਰ ਹੁਣੇ ਕੋਈ ਆ ਜੇ ਤੇ ਕੀ ਸਾਨੂੰ ਕੋਈ ਆਖੇ, ਉਹ ਚੁੱਕ ਕੇ ਨਹੀਂ ਗਈ, ਚੁੱਕ ਕੇ ਕਿੱਥੇ ਗਈ ਆ, ਨਿਆਣੇ ਸਕੂਲੇ ਗਏ ਤੇ ਮਲਕੜੇ ਤਿਆਰ ਹੋ ਕੇ ਦੋਵੇਂ ਜੀ ਚੱਲ ਗਏ ਆ, ਇੰਨਾ ਥੋੜੀ ਪਤਾ ਵੀ ਕਿੱਥੇ ਗਏ ਤੇ ਕਿੱਥੇ ਨਹੀਂ ਗਏ, ਅਜੇ ਆ ਸੁੱਖ ਨੇ ਤੇ ਰਾਤੀ ਚੁੱਕ ਲਏ ਸੀ, ਹੁਣ ਉਹਨੇ ਆ ਗੱਦਾ ਸੁੱਕਣੇ ਪਾਇਆ ਨਾ ਸੁੱਖ ਨੇ ਰਾਤੀ, ਇੰਨਾ ਕੁਛ ਇਹਨਾਂ ਨੇ ਕੀਤਾ ਸਾਡੇ ਨਾਲ, ਤੇ ਬਾਬਾ ਉੱਠ ਲਓ ਉਹਦੇ ਗੱਦੇ ਦੇ ਉੱਪਰ, ਉਹ ਲੈ ਤੂੰ ਆਖੀ ਜਾਨੀ ਆ ਮੈਂ ਥੱਲੇ ਬਹਿ ਜਾਣਾ, ਲੈ ਥੱਲੇ ਕੋ ਬਹਿਣਾ, ਲੈ ਲੋ ਇੱਥੇ ਬਹਿ ਜਾ, ਤੂੰ ਮੰਜੀ ਤੇ ਬਹਿ ਜਾ, ਮੈਂ ਇੱਥੇ ਖੇਡਣ ਡਿਆ ਵੇਖ ਲੈਣਾ,
ਚੱਲ ਆਓ ਖੇਡੀ। ਹਾਏ ਹਾਏ ਇਦਾਂ ਬੁਰੇ ਬੜੇ ਲੱਗੀ ਦਾ, ਮੇਰੀ ਗੱਲ ਸੁਣੋ। ਆ ਗੱਦਾ ਉਹਨੇ ਸਾਡੇ ਨਾਲੋਂ ਗੱਦਾ ਹੀ ਚੰਗਾ ਹੋ ਗਿਆ ਫਿਰ, ਗੱਲਾਂ ਮਾਰੀ ਜਾਂਦੀ ਤੂੰ। ਗੱਦਾ ਤੇ ਲੱਗੀ ਸੀ ਦੋ ਮੰਜੀਆਂ ਜੋੜ ਕੇ ਪਾਉਣ ਉੱਤੇ, ਤੇ ਆ ਮੁੰਡਾ ਨਿੱਕੂ ਬਹਿ ਗਿਆ ਗੁਰਵਰ, ਤੇ ਉਹਦੇ ਕਰਕੇ ਉਹਨੇ ਥੱਲੇ ਰਹਿਣ ਦਿੱਤਾ ਵਾ ਇੱਥੇ ਪਿਆ। ਚੱਲ ਅੱਛਾ ਹੁਣ ਬੈਠੇ ਕੋਈ ਨੀ, ਪਿਆ ਰਹਿਣ ਤੇ ਮੈਂ ਫਿਰ ਨਹੀਂ ਬਹਿੰਦਾ। ਇੱਥੇ ਬਹਿ ਜਾਓ ਮੰਜੀ ਤੇ, ਚਲੋ ਫਿਰ। ਨਾਲੇ ਉਹਨੂੰ ਗੱਲਾਂ ਵੀ ਕਰੀ ਜਾਂਦੀ, ਨਾਲੇ ਡਰੀ ਵੀ ਤੂੰ ਜਾਂਦੀ ਆ। ਡਰ ਆਉਂਦਾ ਇਹੋ ਜਿਹਾਂ ਕੋ, ਇਹੋ ਜਿਹਾ ਮੂੰਹ ਸਰੋਂ ਨਹੀਂ ਬੋਲਦੀਆਂ ਮੁੜ ਕੇ, ਫਿਰ ਬੇਇੱਜ਼ਤੀ ਕਰਾ ਕੇ ਚੰਗੇ ਰਵਾਂਗੇ। ਉਹ ਕੁਛ ਨਹੀਂ ਹੁੰਦਾ, ਐਵੇਂ ਰੌਲਾ ਪਾਈ ਜਾ। ਚੱਲ ਮੈਂ ਬਹਿ ਗਿਆ ਨਾ, ਹੁਣ ਤੂੰ ਲੰਮੀ ਪੈ ਜਾ, 5 ਮਿੰਟ ਤੇਰੇ ਹੋ ਚੱਲੇ ਹੀ ਹੋ, ਮੁੜ ਕੇ ਫਿਰ ਆ ਕੇ ਮੈਂ ਜਾਣਾ ਨਹੀਂ। ਮੈਂ ਨਹੀਂ ਹੁਣ ਲੰਮੀ ਪੈਣਾ, ਚੱਲ ਜਾਂਦੇ ਜਰਾ ਠਹਿਰ ਕੇ, ਤੁਸੀਂ ਇੱਥੇ ਬਹਿ ਜਾਓ। ਮੈਂ ਬਹਿ ਸਰਾਣੇ ਮੇਰੇ ਫਿਰ। ਹਾਏ ਹਾਏ ਮੈਂ ਅੰਦਰ ਬਹਿ ਜਾਂਦੀ, ਤੁਸੀਂ ਬਹਿ ਜਾਓ ਇੱਥੇ ਬਹਿ ਜਾਓ। ਤੁਹਾਨੂੰ ਓਦਾਂ ਹੀ ਵਾਦੀ ਪਈ ਨਵਾਂ ਕੋ ਬੇਇੱਜ਼ਤੀ ਕਰਾਉਣ ਦੀ, ਕਿ ਬੰਨੇ ਵੀ ਰੁੱਖ ਨਹੀਂ ਆਉਂਦੀ ਤੂੰ। ਆ ਜਾ ਹੁਣ ਅੰਦਰ ਨੂੰ, 5 ਮਿੰਟ ਤੇ ਤੇਰੇ ਹੋ ਵੀ ਗਏ ਆ। ਮੈਂ ਨਹੀਂ ਜਾਣਾ। ਨਹੀਂ ਜਾਣਾ ਨਾ ਜਾ, ਮੈਂ ਚੱਲਿਆ ਹੀ ਉਹ ਇਕੱਲਾ ਹੀ ਫਿਰ। ਜਾਣਾ ਮੇਰੇ ਨਾਲ ਗੁਰੂ, ਚੱਲੀਏ। ਕੀ ਲੈਣਾ ਚੀਜ਼ੀ, ਕੀ ਲਿਆਵਾਂ ਤੇਲ ਦੀ, ਕੀ ਖਾਣਾ ਮੈਂ ਉੱਥੇ ਚੱਲਿਆ ਸ਼ਹਿਰ, ਕੀ ਲਿਆਵਾਂ ਚੀਜ਼ੀ ਤੇਲ ਦੀ ਦੱਸੋ। ਹੈਂ ਕੀ ਆ ਜਾ ਉਹ ਬੱਲੇ, ਉਹ ਸ਼ੇਰਾ ਬੱਲੇ, ਜਵਾਨ ਹੋਣਾ, ਏਡਾ ਵੱਡਾ ਹੋ ਜਾਣਾ ਮੇਰੇ ਪੁੱਤ ਨੇ। ਚੱਲ ਤੂੰ ਤੇ ਮੇਰੀ ਪੁੱਤ ਸੇਵਾ ਕਰਿਆ ਕਰੂੰਗਾ ਨਾ, ਚੰਗਾ। ਪਾਪਾ ਤੇ ਮੈਨੂੰ ਵੇਲਾ ਪੁੱਛਦੇ ਨੀ ਨਾ ਪੁੱਤੇ, ਐ ਪੁੱਤ ਨੇ ਮੇਰੀ। ਚੱਲ ਮੇਰੀ ਆ ਨਹੀਂ ਦੇ, ਦੋਵਾਂ ਦੀ ਪੁੱਛਦੀ ਆ, ਮੇਰੀਆਂ ਪੋਤ ਨੂੰ ਹੱਡੀ ਸੇਵਾ ਕਰਿਆ ਕਰਨਗੀਆਂ, ਪੋਤ ਨੂੰ ਹੱਡੀ ਕਰਿਆ ਕਰਨਗੀਆਂ ਸੇਵਾ। ਆਹੋ ਕੇ ਬੜਾ ਪੁੱਤ ਛੋੜਾ, ਬੜਾ ਬੜਾ ਪੁੱਤ ਛੋਣਾ ਬੜਾ। ਲੈ ਜਾਓ ਆਣ ਕੇ। ਚੰਗਾ ਫਿਰ। ਕਿਹਦਾ ਫੋਨ ਆਉਣ ਡਿਆ ਮੰਮੀ? ਫੋਨ ਆਉਣ ਡਿਆ ਹੈਗਾ ਕੁੜੀ ਦਾ। ਕੀ ਆਂਦੀ ਹੈ? ਕੁਛ ਵੀ ਨੀ ਰਾਜੀ ਬਾਜੀ, ਆਖਣਾ ਕੀ ਹੈ? ਠੀਕ ਠਾਕ। ਰਾਜਾ ਸੌਂ ਗਿਆ ਵਾ? ਹਾਂ ਸੌਣ ਡਿਆ ਆ ਵੇ। ਹਾਂ ਅਜੇ ਜਾਗੋ ਮਿੱਟੇ ਜੇ ਦੇ। ਮੈਂ ਤਾਂ ਵੇ ਹਿਲਾਉਣ ਡਈ ਪਿਛਾਉਂ ਜੇ। ਸਗੋਂ ਹਿਲਾਓ ਨਾ, ਉਹਨੂੰ ਆਦਤ ਪੈ ਜਾਣੀ ਸੀ ਮੁੜ ਕੇ। ਕੋਈ ਗੱਲ ਨੀ, ਆਜੀ ਆਪੇ ਦਾਦੀ ਚੁੱਕੂ ਇੱਥੇ। ਮੁੜ ਕੇ ਉਹਨੇ ਕਹਿਣਾ ਨਾਨੀ ਨੇ ਆਦਤ ਪਾ ਤੀ। ਨਾਨੀ ਨਾਨਕੇ ਆ ਤਾਂ ਸਿੱਖ ਕੇ ਜਾਈਦੀ ਕੋਈ ਨਾ ਕੋਈ ਆਦਤ। ਕੋਈ ਕਰਮਾ ਵਾਲਾ ਬੱਚਾ ਹੁੰਦਾ ਜਿਹੜਾ ਰੋਵੇ ਨਾ। ਕਈ ਨਿਆਣੇ ਇੰਨਾ ਰੋਂਦੇ ਆ, ਕਿਤੇ ਇੰਨਾ ਖਿੱਚ ਚੜ ਜਾਂਦੀ ਆ। ਨਹੀਂ ਇਹ ਤੇ ਜਿੱਦਣ ਦਾ ਆਇਆ ਕਿਤੇ ਪਤਾ ਹੀ ਨੀ ਵੀ ਨਿਆਣਾ ਇੱਥੇ ਸਾਡੇ ਘਰ। ਪਾ ਦੋ ਨਹੀਂ ਤੇ ਮੰਮੀ ਇੱਥੇ ਮਨਪ੍ਰੀਤ ਨੇ ਨਹਾ ਲਿਆ ਵਾ? ਨਹਾ ਲਿਆ ਉਹਨੇ। ਅੱਛਾ ਨਹਾਉਣਾ ਤੇ ਮੈਂ ਵੀ ਸੀ, ਫਿਰ ਮੈਂ ਸਵਾਲ ਦਾ ਉਹਨੇ ਨਹਾ ਲਿਆ ਤੇ ਫਿਰ ਮੈਂ ਨਹਾ ਲੈਣੀ ਆ। ਕੰਬਲ ਦੇ ਦੋ ਨਾ, ਅਜੇ ਠੰਡ ਵਾ। ਆਹੋ ਅਜੇ ਠੰਡ ਵਾ, ਹੁਣ ਇਹਨੇ ਸੁੱਤੇ ਰਹਿਣਾ ਵਾ, ਕਦੋਂ ਉਹਦੀ ਮੈਂ ਲੈ ਕੇ ਬੈਠੀ। ਚੱਲ ਨਿਗਾਹ ਹੋ ਕੇ ਘੜੀ ਸੌਂ ਜਾਊਗਾ ਤੇ। ਪੈ ਜਾ ਇੱਥੇ ਲੰਮੀ, ਤੂੰ ਵੀ ਪੈਣਾ, ਤੂੰ ਨਹਾ ਲਿਆ ਨਾ? ਹਾਂ ਮੈਂ ਤੇ ਨਹਾ ਲਿਆ। ਪੈ ਜਾ ਤੂੰ ਵੀ ਪੈਣਾ ਤੇ।
ਆਹੋ ਕੋਈ ਨਹੀਂ, ਮੈਂ ਵੀ ਇੱਥੇ ਲੰਮੇ ਪੈ ਜਾਂਦੀ। ਮੈਂ ਵੀ ਨਹਾ ਹੀ ਲਵਾਂ। ਚੰਗਾ ਇੱਥੇ ਪੈ ਜਾ ਨਾ ਉਹਦੀ। ਮੈਂ ਵੀ ਮਾਰ ਕੇ ਨਾ ਸੌਣ ਲੈਣੀ ਆ, ਤਾਂ ਮੈਨੂੰ ਤੀ ਸੌਣ ਦੇਣਾ। ਜੇ ਹਿੱਲੂਗਾ ਨਾ ਤੇ ਫਿਰ ਮਰ ਜਾ ਥਾਪੜ ਦੀ। ਠੀਕ ਆ। ਆਹੋ ਤੇ ਮੈਂ ਬਾਹਰ ਹੀ ਆ, ਜੇ ਉੱਠ ਲਊਗਾ ਤੇ ਫਿਰ ਮੈਂ ਮਨਪ੍ਰੀਤ ਨੂੰ ਆਵਾਜ਼ ਮਾਰ ਲੂ। ਠੀਕ। ਉਹਨੂੰ ਉਧਰ ਦੀ ਪਈ ਰਹਿੰਦੀ ਵੀ ਮੈਂ ਚਾਚਿਆਂ ਵੱਲ ਹੋਵਾਂ। ਚੱਲ ਆਪੇ ਹੋਣਦੀ ਇਕੱਲੀ ਜਾ ਕੇ। ਆਹੋ ਰਹਿਣ ਦੇ ਨੂੰ ਸੁੱਤਾ। ਚੰਗਾ ਫਿਰ ਕੰਮ ਤੇ ਨਾ ਕਿਤੇ ਮੁੱਕਣ ਦਾ ਨਾਂ ਹੀ ਨਹੀਂ ਲੈਂਦੇ। ਹੁਣ ਮੈਂ ਗੱਦਾ ਸੁੱਕਣੇ ਪਾਇਆ ਤੇ ਉਹਦੀ ਚਾਦਰ ਵੀ ਧੋਣ ਵਾਲੀ। ਆਹ ਵੇਖ ਮਾਤਾ ਦੇ ਕੰਮ, ਮੇਰੇ ਤੇ ਕੱਪੜੇ ਕਿੱਦਾਂ ਰਾਤੀ ਚੁੱਕ ਚੁੱਕ ਮਾਰੇ ਤੇ ਉਹਦੇ ਨਹੀਂ ਉਹ ਚੁੱਕੇ ਮਾਰੇ। ਉਹ ਵੀ ਏਡੀ ਢੀਠ ਹੀ, ਉਹ ਆਪਣੇ ਅੰਦਰ ਨਹੀਂ ਖਲਾਰਾ ਪੈਣ ਦਿੰਦੀ ਤੇ ਇੱਥੇ ਪਾ ਦਿੰਦੀ ਤਾਂ ਦਿਮਾਗ ਨਹੀਂ ਕੰਮ ਕਰਦਾ ਵੀ ਆਹ ਤੇ ਮੇਨ ਜਗ੍ਹਾ ਵਾ, ਜਿੰਨੇ ਵੀ ਆਉਣਾ ਅੰਦਰਾਂ 'ਚ ਇੱਥੋਂ ਹੀ ਲੰਘ ਕੇ ਜਾਣਾ ਵਾ। ਖਲਾਰਾ ਤਾਂ ਉਹਦੇ ਪਹਿਲਾਂ ਮੱਥੇ ਲੱਗ ਜਾਣਾ, ਅੰਦਰ ਸਾਫ਼ ਕੀਤੇ ਸਾਡੇ ਕੀ ਕਹਿੰਦੇ ਆ, ਜਦੋਂ ਅੰਦਰ ਵੜਦੇ ਆ ਸਾਰੇ ਉਹਦੇ ਖਲਾਰਾ ਮੱਥੇ ਲੱਗਣ ਡਿਆ ਵਾ। ਇਹਦਾ ਵੀ ਕੁਛ ਹਾਨੀ ਨਿਕਲ ਗਈ ਸਵੇਰੇ ਹੀ, ਜਿਹੜਾ ਵੀ ਕੰਮ ਆ ਸਾਰਾ ਮੇਰੇ ਸਿਰ ਤੇ ਸੁੱਟ ਜਾਂਦੀ ਹੈ। ਨਾ ਕੀਤਾ ਫਿਰ ਮਾਈ ਬੁੱਢੇ ਵੱਖਰ ਆ ਤੇ ਉਹ ਵੱਖਰ ਹੈ ਵੀ ਆਪਾਂ ਥੱਲੇ ਉਤਰਦੇ ਹਾਂ ਗਾੜੀ ਗੰਦ ਪਿਆ ਵਾ ਉਹ ਜੇ। ਪਤਾ ਨਹੀਂ ਇੰਨੇ ਕੰਮ ਖਰੇ ਰੱਬ ਨੇ ਨਾ ਜਨਾਨੀ ਦੀ ਜੂਨ ਹੀ ਲਿਖੀ ਆ। ਰਾਤ ਨੂੰ ਉਹ ਕੰਮ ਕਰਕੇ ਸਮੋ, ਦਿਨ ਚੜ੍ਹਦੇ ਨੂੰ ਫਿਰ ਉਹ ਕੰਮ, ਫਿਰ ਮੁਕਾ ਕੇ ਰਾਤ ਨੂੰ ਸੌਂ ਜਾਓ, ਫਿਰ ਦਿਨ ਚੜ੍ਹਿਆ ਫਿਰ ਸ਼ੁਰੂਆਤ ਦੀ ਉਹੀ ਕੰਮ। ਕੱਪੜੇ ਵੀ ਕਿੰਨੇ ਇਕੱਠੇ ਹੋ ਗਏ ਆ ਤੇ ਚੱਲ ਆ ਚਾਦਰ ਹੁਣ ਮੈਂ ਧੋਦਾ, ਗੱਦੇ ਤੇ ਪਾਏ ਬਾਹਰ ਸੁੱਕਣੇ। ਚੱਲ ਮਨਾ ਕਰਨੇ ਹੀ ਪੈਣੇ ਤੈਨੂੰ ਕੰਮ। ਲਾ ਮੈਨੂੰ ਫਦੇ 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 ਫਦੋ 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 ਫਦੋ, ਖੇਦੀਏ ਖੇਦੀਏ, ਆ ਗੱਡੀ ਲੈ ਜਾਈਏ ਤੇਰੀ ਸ਼ਹਿਰ ਨੂੰ। ਚਲੋ ਉਹ ਮੰਮਾ ਤੇਰੀ ਆ ਗਈ ਆ, ਮੈਂ ਉਹਨੂੰ ਕਹਿੰਦਾ ਤਿਆਰ ਕਰ ਦੇ ਇਹਨੂੰ ਤੇ ਮੈਂ ਜਾਂਦਾ ਆਪਣੇ ਪੁੱਤ ਨੂੰ ਨਾਲ ਲੈ ਕੇ। ਸੁੱਖ ਤੂੰ ਅੰਦਰੋਂ ਹੀ ਨਹੀਂ ਨਿਕਲੀ, ਬਾਹਰ ਮੁੰਡੇ ਵੱਲ ਵੀ ਵੇਖਣਾ ਸੀ। ਡੈਡੀ ਅੱਗੇ ਤੁਸੀਂ ਵੇਂਦੇ ਜੀ, ਅੱਗੇ ਵੀ ਮੈਂ ਹੀ ਵੇਂਦੀ ਮੁੰਡੇ ਵੱਲ। ਪੁੱਤ ਆਹ ਵੇਖ, ਉਹ ਇਹਨੇ ਨਾ ਟੂਟੀ ਦੇ ਪਾਣੀ ਨਾਲ ਆਹ ਕੱਪੜੇ ਖਰਾਬ ਕਰ ਰਹੇ ਹਵੇ, ਗਿੱਲੇ ਕਰ ਲਏ, ਮੈਂ ਬਦਲੀ ਕਰ ਦਿੱਤੇ ਆ ਤੇ ਮੈਂ ਨਾਲੇ ਇਹਨੂੰ ਤਿਆਰ ਕਰ ਦੇ ਸਿਰ ਸੁਰ ਵਾ ਕੇ ਤੇ ਕੋਈ ਨਹੀਂ ਨਾਲ ਖੜਨਾ ਵਾ। ਕਿੱਥੇ ਨਾਲ ਖੜਨਾ ਤੁਸੀਂ? ਮੈਂ ਚੱਲਿਆ ਪੈਨਸ਼ਨ ਲੈਣ। ਦੇਖਦਾ ਤਾਂ ਅੱਗੇ ਉਹਨਾਂ ਕੇ ਤੇ ਉਹਨੂੰ ਵੀ ਸੁੱਟ ਬਹੋਗੇ, ਕਿਤੇ ਕਿਤੇ ਨਹੀਂ ਜਾਣਾ ਇਹਨੇ ਨਾਲ। ਤਾਂ ਨਹੀਂ ਦੇਖਦਾ ਮੈਂ, ਸ਼ਦਾਈ ਆ ਵੀ ਮੈਂ ਸੁੱਟ ਦੂੰ ਇਹਨੂੰ, ਘਰੇ ਰਹਿਣਾ ਉਹਨੇ। ਬਾਕੀ ਰਹੀ ਸਿਰ ਵਾਹੁਣ ਦੀ ਗੱਲ, ਮਾਤਾ ਤੁਹਾਡੇ ਲਾਗੋ ਹੀ ਗਈ ਆ, ਉਹ ਵਾਹ ਦਿੰਦੀ ਹੈ। ਵੱਡਿਆਂ ਦੇ ਨਿਆਣੇ ਉਹ ਡੈਡੀ ਬੜੇ ਸਾਂਭ ਤੇਰੀ, ਮੇਰੇ ਵਾਰੀ ਆਣੇ ਕੋ ਹੱਥਾਂ ਨੂੰ ਕੋੜ ਪੈ ਗਿਆ ਤਾਂ ਸਿਰ ਨਹੀਂ ਵਾਹ ਸਕਦੀ ਚੱਪਾ ਜਿੰਨੇ ਦਾ ਮਾਸਾ, ਕਿਹਦੇ ਨਾਲ ਵੀ ਕੋਈ ਵੈਰ ਵਾ, ਮੇਰੇ ਨਾਲ ਤਾਂ ਹੈ ਹੀ ਹੈ। ਕਹਦਾ ਵਾ ਗੱਲ ਤੇ ਕੋਈ ਵੀ ਨਹੀਂ ਗਲਤ, ਮੈਂ ਤੈਨੂੰ ਉੱਥਾਂ ਤਿਆਰ ਕਰਨ ਦੀ ਕਰਾਂ, ਤੂੰ ਤੇ ਮੈਨੂੰ ਹੋਰ ਦੀ ਕਈ ਸੁਣਾ ਦਿੱਤੀਆਂ। ਕੋਈ ਨਹੀਂ ਕਰ ਦੂੰ ਮੈਂ ਤਿਆਰ, ਕਿਤੇ ਨਹੀਂ ਇਹਨੇ ਜੱਜ ਦੀ ਕੁਰਸੀ ਤੇ ਬਹਿ ਚੱਲ ਲੱਗਾ ਹਜੇ ਖੇਡ ਲੈਣ ਦੋ। ਜਦੋਂ ਮੈਂ ਤਿਆਰ ਕਰਦਾ ਉਦੋਂ ਤੁਸੀਂ ਕਹਿ ਦਿੰਦੇ ਇਹਨੂੰ ਮਨੇਰੇ ਤਿਆਰ ਕਰਤਾ, ਮੈਨੂੰ ਮਿੱਟੀ 'ਚ ਖੇਡਣ ਦੋ, ਅੱਜ ਜੇ ਖੇਡਣ ਡਿਆ ਵਾ ਅੱਜ ਤੁਸੀਂ ਦੂਜੇ ਪਾਸੇ ਨੂੰ ਹੋ ਗਏ ਜੇ, ਕਿਹ ਪਾਸੇ ਡੈਡੀ ਜੀ ਲੈਂਦੇ ਆ। ਲੰਮੀ ਕਹਾਣੀ ਲੈ ਗਈ, ਮੈਂ ਰੇ ਸ਼ਹਿਰ ਨੂੰ ਚੱਲਿਆ ਤੇ ਮੈਂ ਤਾਂ ਡਿਆ ਉਹਨੂੰ ਆਖਣ ਤੂੰ ਤੇ ਹੋਰ ਦੀਆਂ ਹੋਰ ਹੀ ਸੁਣਾਤੀ। ਜਾਓ ਜਿੱਥੇ ਜਾਣਾ, ਮੇਰੇ ਮੁੰਡੇ ਨੇ ਨਹੀਂ ਜਾਣਾ, ਰਹਿਣ ਦੋ ਉਹਨੂੰ ਖੇਡਦਾ। ਚੱਲ ਖੇਡ ਵੋ ਗੁਰਵਰ, ਤੂੰ ਖੇਡ ਇੱਥੇ, ਮੈਂ ਇੱਥੇ ਲਿਆਉਂ ਚੀਜੀ ਆਪਣੇ ਪੁੱਤ ਨੂੰ। ਚੰਗਾ ਤੁਹਾਡੀਆਂ ਚੀਜੀਆਂ ਤਾਂ ਬਗੈਰ ਹੀ ਚੰਗਾ, ਇੱਕ ਵਾਰੀ ਲਿਆ ਕੇ ਤੇ 100 ਵਾਰੀ ਤੁਸੀਂ ਸੁਣਾਈ ਕਰਨਾ ਹੁੰਦਾ ਕਿ ਲਿਆ ਕੇ ਦਿੱਤਾ ਸੀ। ਗੱਲ ਤੇ ਕੱਖ ਵੀ ਨਹੀਂ, ਕਿੱਡੀ ਕਿੱਡੀਆਂ ਤੁਹਾਡੇ ਵਾਸਤੇ ਕੱਖ ਵੀ ਨਹੀਂ ਹੁੰਦੀ, ਮੇਰੇ ਵਾਸਤੇ ਹੀ ਗੱਲ ਹੁੰਦੀ ਆ। ਗੱਲ ਕਰਕੇ ਤੀਲੀ ਲਾ ਕੇ ਤੇ ਮੁੜ ਕੇ ਗੱਲ ਕੁਛ ਵੀ ਨਹੀਂ ਹੁੰਦੀ, ਗੱਲ ਸਾਰੀ ਉਮਰ ਨਹੀਂ ਕੁਛ ਹੋਣੀ। ਤਿੰਨੇ ਤੋਣੇ ਲੱਦਣ ਦੇ ਮੇਰੇ ਵਾਲ ਦਿੱਤੇ, ਨਹਾ ਤੇ ਆਈ ਤਿੰਨੀ ਹੁੰਦੀ ਆ ਨਾ, ਤੂੰ ਨਹਾਉਂਦੀ ਨੀ, ਨਹਾਉਂਦੀ ਨੀ, ਹੁਣ ਦੱਸਦੀ ਇਹਨਾਂ ਨੂੰ, ਤਿੰਨਾਂ ਤੋਣਾ ਨਹਾਉਂਦੀ ਆ ਮੈਂ। ਲੈ ਬੈਠੀ ਹੋ ਇੱਥੇ। ਹਾਏ ਹਾਏ, ਮੈਂ ਤਾਂ ਤੈਨੂੰ ਬੈਠੀ ਡੀਕਣ ਡਈ ਸੀ, ਮੈਨੂੰ ਕਾਕਾ ਰਹਿ ਗਿਆ ਤਾਤਰੀ ਗੱਲ ਤੇ ਕਾਕਾ ਨਹੀਂ ਲਈ। ਤਾਤਾ ਮੈਂ ਤਾਂ ਲੈ ਦੇ ਆਵਾਂ, ਆ ਦੇ ਦੇ ਤੇ ਆਓ ਤੁਸੀਂ। ਤੇ ਮੈਂ ਤੈਨੂੰ ਇੱਥੇ ਡੀਕਣ ਡਈ, ਮੈਂ ਤਾਂ ਤੇਰੇ ਵੀਰ ਨੂੰ ਭੇਜਿਆ ਸੀ ਵੀ ਉਹਨੇ ਆਉਣਾ ਮੁੰਡਾ ਲੈ ਕੇ ਤੇ ਸਮੋਸੇ ਲੈ ਕੇ ਆ। ਤੂੰ ਮਤੇ ਲੈਂਦੇ ਆਵਾਂ? ਆਹੋ ਤੋਲ, ਪਰ ਮੇਰਾ ਤਾਤਾ ਨਹੀਂ ਉਠਾਉਂਦਾ। ਤੇ ਉਹਨੂੰ ਨਹੀਂ ਆਉਂਦਾ ਕਿਉਂ ਨਹੀਂ ਆ? ਉਹ ਟੁੱਟਾ ਵਾ।
ਹਜੇ ਵਿਚਾਰਾ ਨਿਆਣਾ ਰਹਿ ਗਿਆ ਤੇ ਉਹਨੂੰ ਹੁਣੇ ਕੁੱਤਾ ਕਹਿਣ ਲੱਗ ਪਈ ਆ। ਮਾਈ ਬੁੱਢਾ ਪੈਨਸ਼ਨ ਲੈਣ ਗਏ ਓ ਤੇ ਤੇਰੇ ਭਰਾ ਨੇ ਮੈਂ ਸਮੋਸੇ ਲੈਣ ਕੇ ਲਿਆ, ਵੱਡਾ ਵੀ ਨਿਕਲੇ ਓ ਤੇ ਗੁਰਵਾਰ ਨੂੰ ਮੈਂ ਅੰਦਰ ਸਵਾਲ ਕੇ ਆਈ ਆ। ਤੂੰ ਪਾਣੇ ਪੈ ਗਿਆ ਕੌਣ? ਤੂੰ ਆਪੇ ਤੇ ਤਾਂਦੀ ਪੈਂਤਲ ਲੈਂਦੇ, ਪੈਨਸ਼ਨ ਨਹੀਂ ਹੁੰਦੀ ਉਹਨਾਂ ਦੀ ਜਿਹੜੀ ਬੁੱਢਾ ਪੈਨਸ਼ਨ ਲੱਗੀ ਆ। ਅੱਤਾ ਤੀ ਤਾਂ ਮੈਂ ਉਹ ਲੈਣ ਗਏ ਸੀ। ਠੀਕ ਤਾਂ ਠੀਕ ਤਾਂ ਹਾਂ ਤੇ ਵੇਖ ਲੈ ਮੈਂ ਤੈਨੂੰ ਜਿਹੜੀ ਗੱਲ ਦੱਸਣ ਦੀ ਤੇ ਤੂੰ ਮੇਰੀ ਸੁਣਦੀ ਨਹੀਂ ਆ ਵੀ ਮੈਂ ਕਿੰਨੀ ਦੁਖੀ ਆ। ਮੈਨੂੰ ਤਾਂ ਦੰਦਾ ਕੋਈ ਤੇਰੇ ਤੋਂ ਬਗੈਰ ਦੁੱਖ ਸੁਣਾਉਣ ਵਾਲਾ ਵੀ ਨਹੀਂ ਲੱਭਦਾ ਤੇ ਤੂੰ ਉੱਥੇ ਆ ਤੇ ਮੈਨੂੰ ਤਨਾ ਲੈ ਤਾਂ। ਉੱਥੇ ਤੇ ਬੜਾ ਉਹਨੂੰ ਜੀ ਕਰਦਾ ਓ, ਤੈਨੂੰ ਪਤਾ ਹੱਥ ਜਿਹਾ ਟੈਟ ਆ, ਫਿਰ ਉੱਥੇ ਆਈ ਤੇ ਖਰਚਾ ਵੀ ਚਾਹੀਦਾ, ਸਾਰਾ ਕੁਝ ਤੇ ਵੱਡਿਆਂ ਨੇ ਸਾਂਭ ਲਿਆ, ਸਾਡੇ ਪੱਲੇ ਕੀ ਆਇਆ? ਕੁਛ ਵੀ ਨਹੀਂ। ਸੱਚੀ? ਹੋਰ ਸੱਚ ਵਾ ਕੇ ਲੈ ਦੱਸ, ਸਾਡੇ ਪੱਲੇ ਨਹੀਂ ਕੁਛ ਵੀ ਆਇਆ? ਤੇ ਤੁਹਾਡੇ ਤੂਤੇ ਕਿੱਥੇ ਗਏ? ਉਹ ਵੀ ਮਰ ਮੁਰ ਗਏ ਵਿਚਾਰੇ, ਉਹਨਾਂ ਚ ਵੀ ਘਾਟਾ ਪੈ ਗਿਆ ਸਾਨੂੰ। ਤਾਤ ਨਹੀਂ ਲਏ ਤੇ ਤਾਰੇ ਖਾਦੇ ਕੀ ਆ? ਉਹ ਵੀ ਮੈਨੂੰ ਤੇ ਵੱਡਿਆਂ ਤੇ ਸ਼ੱਕ ਆ ਵੀ ਵੱਡੇ ਭਾਜੀ ਨੇ ਕੁਛ ਕੀਤਾ ਤੂਤਿਆਂ ਨੂੰ। ਹੋਰ ਕੀ ਕੀਤਾ ਉਹਨੂੰ? ਮੈਨੂੰ ਲੱਗਦਾ ਦਵਾਈ ਦਵੂਈ ਪਾਤੀ, ਅੱਧੇ ਵੱਧ ਤੇ ਮਰ ਗਏ, ਉੱਚ ਵੀ ਘਾਟਾ ਹੀ ਪੈ ਗਿਆ ਕਿ। ਹਾਏ ਲੈ ਦੱਤ। ਤੇ ਹੋਰ ਮੁੰਡਾ ਵਿਚਾਰਾ ਮੇਰਾ ਤੇ ਉਹ ਹਜੇ ਉਹਦੀ ਐਡਮਿਸ਼ਨ ਕਰਾਉਣ ਵਾਲੀ ਪਈ ਓ ਤੇ ਵੱਡਾ ਜੋ ਆਉਂਦਾ ਪੈਲੀ ਦਾ ਸਾਰਾ ਆਪ ਸਾਂਭੀ ਜਾਂਦਾ, ਸਾਨੂੰ ਤਾਂ ਕੁਛ ਦਿੰਦੇ ਹੀ ਨਹੀਂ। ਨਾ ਤੁੱਤ ਨਹੀਂ ਦਿੰਦੇ ਤੈਨੂੰ? ਨਾ ਵੇਲਾ ਤੇਰੇ ਸਾਹਮਣੇ ਕੀ ਬਣੀ ਓ ਕਿਤੇ ਮੈਂ। ਕਿੰਨਾ ਤੋਣਾ ਤੇ ਤੂਤ ਪਾਇਆ ਵਾ, ਕਿੱਥੇ ਸੋਣੀ ਤੋਂ ਨਹੀਂ ਪਾਈ ਆ, ਕਿੱਥੇ ਆ ਤੇ ਕਦੋਂ ਹੁੰਦਾ ਵਾ? ਮੈਂ ਤੇ ਕਿਤੇ ਹੁਣ ਕਦੇ ਕੱਪੜਾ ਨਹੀਂ ਬਣਾ ਕੇ ਵੇਖਿਆ ਕਿਤੇ, ਕਿੰਨਾ ਹੀ ਟਾਈਮ ਹੋ ਗਿਆ। ਅਦੇ ਉਹੀ ਜਿਹਦੇ ਤੇ ਕੁਆਰੀ ਹੁੰਦੀ ਵੀ ਇਹੀ ਸੂਟ ਵੇਖਦੀ ਰਹੀ ਮੇਰੇ ਤੋਂ। ਹੋਰ ਮੈਂ ਤੇ ਨਵੇਂ ਬਾਏ ਉਦਾਂ ਮੈਂ ਤੇ ਬੜਾ ਤਰਪਾ ਕਰਦੀ ਆ ਤੇਰੇ ਤੇ, ਕਦੇ ਇੱਕ ਤੋਂ ਇੱਕ ਕਰਕੇ ਘਰ ਤਲਦੇ ਹੁੰਦੇ ਆ। ਹਏ ਸਰਫਾ ਤੇ ਮੈਂ ਵੀ ਬਥੇਰਾ ਕਰਦੀ, ਮੇਰਾ ਕੀ ਪਤਾ ਕੀ ਹੋ ਗਿਆ, ਕਿਸਮਤ ਹੀ ਮਾੜੀ ਨਿਕਲੀ ਮੇਰੀ ਕੇ, ਮਾੜੀ ਕਰਦੀ ਵੱਡਿਆਂ ਨੇ ਕਰ ਛੱਡੀ ਸਾਡੀ। ਹੁਣ ਤੇ ਮੇਰੇ ਪੋਨੇ ਦੀ ਇੰਨੀ ਤਨਤਾ ਹੁੰਦੀ ਆ ਨਾ, ਇੰਨੇ ਪੈਰੇ ਢਲਦਾ। ਨਹੀਂ ਮੇਰੀ ਗੱਲ ਸੁਣ, ਉਹਨੇ ਸਮਾਨ ਨਹੀਂ ਭੇਜਣਾ? ਤਮਾਨ ਉਹਨੇ ਵਹੀਂ ਦਾ ਤੇ ਤਮਾਨ ਤੂੰ ਨਾ ਭੇਜ ਰਹੀ, ਥਾਰ ਥੂਰ ਲੈਣਾ ਇੱਥੇ ਵਾਦੂ ਪੈਦੇ ਪਰ ਢੱਲੀ ਦਾ ਤੇ ਫਿਰ ਅਸੀਂ ਦੋਥੀ ਪਾਉਂਦੇ ਆ ਨਾ। ਨਹੀਂ ਉਹ ਮੇਰੀ ਗੱਲ ਸੁਣ, ਪਰਸੀ ਮਗਾ ਦੇ ਹੈ ਮੈਨੂੰ ਬਾਹਰ ਦਾ ਤਲ ਤੂੰ ਤੇ ਹੁਣ ਉਹਨੇ ਦੇਣਾ ਮੈਂ ਤੇਰੀ ਭਾਬੀ ਜਿੰਨੀ ਪੁੱਠੀ। ਹਾਏ ਹਾਏ ਤੇ ਫਿਰ ਕੀ ਆ, ਉਹਦੀ ਤੇ ਇੱਥੇ ਮੇਰੇ ਨਾਲ ਬਣਦੀ ਵੀ ਵਾਵਾ ਹੀ, ਉਹਨੂੰ ਕਹਿ ਹਾਂ ਵੀ ਸੁੱਖ ਭਾਬੀ ਤੇਰੀ ਮੰਗਣ ਡਈ ਹੈ ਪਰਸ, ਪਰਸ ਮਗਾ ਦੇ। ਤੂੰ ਆਪੇ ਤੂੰ ਤਲ ਲਈ ਉਹਨੂੰ, ਮੇਰੀ ਉਹਨੇ ਕਿੱਥੇ ਮੰਨਣੀ ਆ, ਤੂੰ ਕਹੀ ਹੈ ਤਲ ਥੀ ਤਾਂ ਫਿਰ ਮੈਂ ਦਾਦੂ ਹੁਣ ਤੂੰ ਮੰਨ ਹੀ ਲਿਆ ਵਾ ਤੇ ਫਿਰ ਦੀ ਆ ਨਹੀਂ ਮਗਾ ਦੀ ਮੈਨੂੰ ਪਰਸ ਠੀਕ ਆ। ਜਦੋਂ ਫੋਨ ਆਊਗਾ ਨਾ ਤੇ ਪਰਸ ਦਾ ਮੇਰਾ ਸੁਣਾ ਦੇਣਾ ਨਾ ਭੁੱਲੀ, ਤੀਤ ਵਾ ਤੀਤ ਦੇ ਦੇ ਉਹਨੂੰ, ਕਈ ਕਾਲੇ ਰੰਗ ਦਾ ਲਿਆ ਦੇ, ਨਾਲੇ ਹਰ ਇੱਕ ਸੂਟ ਨਾਲ ਚੱਲ ਜਾਣਾ। ਆ ਲੈ ਸਮੋਸੇ, ਸਮੋਸੇ ਤੇ ਫੋਨ ਜਦੋਂ ਰਾਤਰੀ ਕਾਲ, ਰਾਤਰੀ ਕਾਲ ਨਾ ਕਿਹੜੇ ਪਰਸ ਦੀਆਂ ਗੱਲਾਂ ਕਰਨ ਡਈ ਆ? ਲੈ ਉਹਦੇ ਘਰ ਵਾਲੇ ਕੋਲ ਮੈਂ ਪਰਸ ਮਗਾਉਣ ਲੱਗੀ, ਮੈਂ ਫੋਨ ਆਊਗਾ ਤੇ ਨੀ ਵਾਲ ਵੇਖ ਤੂੰ ਕਿਦਾਂ ਖਿਲਾਰ ਲਏ ਆ ਤੇ ਮੈਂ ਨਾ ਤੇ ਆਈ ਆ ਫੇਰ ਦਿੰਦੇ ਨਾ ਤੁਹਾਡਾ ਤੇ ਨਾ ਦਿਮਾਗ ਹੀ ਨਾ, ਮੈਂ ਲਾਇਆ ਹਿਸਾਬ ਆ ਵੇ ਵਾਲਾਂ ਦੇ ਵਿੱਚ ਐ ਝੁਲਸਿਆ ਗਿਆ ਵਾ। ਕਿਉਂ? ਨੀ ਪਰਸ ਤੇ ਇੱਥੇ ਅੱਡੇ 'ਚ ਥਾਂ ਥਾਂ ਸੇਲਾਂ ਲੱਗੀਆਂ ਹੁੰਦੀਆਂ ਵਾ, 200-400 ਦਾ ਪਰਸ ਵਧੀਆ ਆ ਜਾਂਦਾ ਵਾ,
ਸਾਡਾ ਪ੍ਰਾਹੁਣਾ ਬਾਹਰ ਆ ਕਿਤੇ ਆਪਾਂ ਵੀ ਫਾਇਦਾ ਲੈ ਲਈਏ। ਬਾਹਰ ਦੀ ਇਹਨੂੰ ਕਹਿ ਤਿੰਨ ਕੁ ਬੋਤਲਾਂ ਆਪਣੇ ਸਾਲੇ ਦੀ ਸ਼ਰਾਬ ਦੀਆਂ ਭੇਜ। ਦੋਰ ਫੜੇ ਮੁੱਕ ਕਰ, ਕੱਲ ਹੀ ਚੰਗੀ ਕਰ ਲਾ। ਮੈਂ ਖਰੇ ਕੋਈ ਚੱਜ ਸਵਾਦ ਦੀ ਚੀਜ਼ ਕਹਿਣ ਲੱਗੇ ਮੈਂ ਵੀ ਖੁਸ਼ ਹੋ ਗਈ। ਸ਼ਰਾਬ ਪੀਣਾ ਮੈਂ ਨਾਲੇ ਚੰਗੀ ਨੀ ਕੁੜੀ, ਵਧੀਆ ਬੋਤਲਾਂ ਮੰਗਾ ਕੇ ਦੇਈ ਮੈਨੂੰ। ਕੰਜਰ ਨੂੰ ਵੇਲਾ ਮੈਂ ਕਿਹਾ ਸੀ ਦੋ ਸਮੋਸੇ ਨਹੀਂ ਭਰ ਲਿਆ, ਇਹ ਲਿਫਾਫਾ ਇਹਦੇ ਸਿਰ ਚ ਮਾਰਾ ਹੀ ਮੈਨੂੰ। ਉਹ ਤੇ ਤੋਈ ਨੀ, ਉਹ ਕਹਿੰਦਾ ਹਨਾ ਤਾਦੇ ਜਣੇ ਖਾ ਲੈਣਗੇ। ਸਾਰੇ ਕੌਣ ਆ? ਤੂੰ ਤੇ ਮੈਂ ਤੇ ਜਾਏ ਆ। ਤੇ ਕੌਣ? ਤੇਰਾ ਮੰਮੀ ਡੈਡੀ ਹੈ ਨੀ? ਦੱਸਿਆ ਤਾਂ ਹੈਗਾ ਸੀ ਉਹ ਵੀ ਪੈਨਸ਼ਨ ਲੈਣ ਗਏ ਆ। ਚਾਹੀਦਾ ਨਾ ਉਹਨਾਂ ਨੇ, ਉਹਨਾਂ ਨੂੰ ਦੇਈ ਥਾਨ। ਹਾਂ ਉਧਰ ਹੀ ਆ ਉਹ ਸਮੋਸੇ ਖਾਣ ਕੋਲ, ਉਹਨਾਂ ਦੇ ਤੇ ਉਧਰ ਬੀਪੀ ਵੱਧਦੇ ਰਹਿੰਦੇ ਆ। ਤੋਈ ਦਾ ਨਹੀਂ, ਗੋਲੀ ਖਾ ਲੈਣਗੇ। ਗੋਲੀ ਖਾਣ? ਚੱਲ ਤੂੰ ਬਹਿ, ਮੈਂ ਲੈ ਕੇ ਆਉਂਦੀ ਆ। ਤਾਂ ਲੁਕ ਜਾ ਜੇ ਬੈਦਾ, ਅਜੇ ਮੈਂ ਬਾਅਦ ਤੇ ਥਾਣਾ ਵਾ। ਤੇ ਖਾ ਲਾ, ਠੰਡੀ ਹੋ ਜਾਣੇ ਫਿਰ। ਚੱਲ ਤੂੰ ਲੱਥ ਆ, ਦਾ ਦਾ ਲੱਥ ਤੇ ਆ ਜਾ। ਚੱਲ ਠੀਕ ਆ। ਨਾਲੇ ਤਾ ਭਾਂ ਲੈ, ਮੈਂ ਤੱਲੇ ਤੇ ਨਹੀਂ ਥਾਣੇ। ਹਾਂ ਨਹੀਂ, ਮੈਂ ਚਾਹ ਰੱਖਦੀ ਆ। ਚੱਲ ਠੀਕ ਆ ਭਾਂ ਦਾ। ਜਿੱਦੀ ਤਲਾ ਦੀ ਹੁਣ ਪੱਤ ਲੈਣ ਨੂੰ ਤਮੋਤੇ ਮੰਗਾ ਲਏ, ਕਹਿੰਦੀ ਦੋ ਤਮੋਤੇ ਲੈ ਤੇ ਅਸੀਂ। ਮੈਨੂੰ ਬੋਲ ਗਏ ਆਪਦੇ ਚਲ ਗਈ ਹੁਣ। ਕੀ ਕਰਾਂ ਮੋਟਰਸਾਈਕਲ? ਮੋਟਰਸਾਈਕਲ ਚੰਗਾ ਭਲਾ ਕੀ ਹੋਇਆ ਮੋਟਰਸਾਈਕਲ ਨੂੰ? ਲੈ ਹਾਏ, ਸੁੱਟਣਾ ਹੀ ਕਿਤੇ। ਤੈਨੂੰ ਬਹਿਣਾ ਨਹੀਂ ਹੁੰਦਾ, ਮੈਂ ਹਿਸਾਬ ਲਾਇਆ ਤੇਰਾ। ਸਿੱਧਾ ਨੀ ਕਹਿੰਦਾ ਮੇਰਾ ਮੋਟਰਸਾਈਕਲ ਖਰਾਬ ਵਾ, ਕਿੰਨੀ ਵਾਰੀ ਆਖਿਆ ਇਹਦੇ ਤੇ ਪੈਸੇ ਲਾ ਲਓ, ਪੈਸੇ ਲਾ ਲਓ। ਪੈਸੇ ਨੀ ਕਿਤੇ ਲਾਉਣੇ ਹੁੰਦੇ, ਇੱਕ ਮੈਨੂੰ ਸਿਰ ਦੀਆਂ ਚੱਪਲਾਂ ਪਵਾ ਕੇ ਲੈ ਗਏ ਨਾਲ। ਗਾੜੀ ਸ਼ਵਾਰੇ ਤੇ ਗਈ ਹੈ ਕਰਾਉਣੀ ਐਡਮਿਸ਼ਨ ਜੀ ਬੱਚਿਆਂ ਦੀ? ਐਡਮਿਸ਼ਨ ਕਰਾਉਣੀ ਤੇ ਤੂੰ ਟੋਰ ਟੂਰ ਕੱਢ ਕੇ ਜਾਂਦੇ, ਸੋਹਣੇ ਤੇ ਲੱਗਦੇ। ਜਿੱਦਾਂ ਦੇ ਹੈਗੇ ਇਦਾਂ ਦੇ ਰਹਿਣਾ ਵਾ ਅਸੀਂ। ਨਾਲੇ ਆਪਣਾ ਜਲੂਸ ਕੱਢ ਕੇ ਗਏ ਤੇ ਨਾਲੇ ਮੇਰਾ ਕੱਢ ਕੇ ਖੜਿਆ ਵਾ। ਕੀ ਤੈਨੂੰ ਉੱਥੇ ਕਿਸੇ ਨੇ ਕਹਿ ਦਿੱਤਾ ਕਿ ਚੱਪਲਾਂ ਪਾ ਕੇ ਆਈ ਆ? ਨਿੰਬੂਆਂ ਨਿੰਬੂਆਂ ਦੀ ਕੀ ਗੱਲ, ਨਿੰਬੂਆਂ ਦੇ ਵਿੱਚ ਵੜ ਦੇਣਾ ਸੀ ਮੋਟਰਸਾਈਕਲ, ਇਹਦੇ ਤੇ ਲਾ ਲਾ 4 ਪੈਸੇ, ਕਿਉਂ ਮੈਨੂੰ ਮੁਕਾਉਣਾ ਹੀ ਆ ਤੇ ਮਗਰ ਬਿਠਾ ਕੇ? ਉਹ ਕਿਹਦੇ ਨੇ ਤੂੰ ਮੁੱਕਦੀ ਯਾਰ, ਘਰ ਨਿੰਬੂ ਲੱਗਣ ਦਾ ਪਿਆ। ਜਿੱਦਣ ਪਹਿਲਾ ਲੋ ਗਿਆ ਨਾ ਮੰਡੀ, ਉਦੋਂ ਮੋਟਰਸਾਈਕਲ ਨਵਾਂ ਲਿਆਉਣਾ ਹੀ ਆ। ਬਹੁਤ ਤੇਰਾ ਲੋ ਮੰਡੀ ਪਹੁੰਚ ਜਾਣਾ ਨਾ, ਨਿੰਬੂ ਬਹੁਤ ਤਗੜੇ ਆ ਨਾ ਵਿੱਚ ਉਹਦੇ। ਪੂਰਾ ਬਾਗ ਲੱਗਾ ਯਾਰ ਕਾ। ਬਾਗ ਲੱਗਾ ਵਾ, ਸਾਰੇ ਸ਼ੱਕਰ ਵੀ ਪਾਉਣ ਵਾਲੇ ਆ, ਟਾਇਰ ਵੀ ਪਾਉਣ ਵਾਲਾ ਵਾ। ਉਹ ਜਾ ਬਾਬਾ ਲੜਨਾ, ਜਾ ਘਰ ਚਲ ਜਾ, ਮੈਨੂੰ ਕਰ ਲੈਣੇ ਕੋਈ ਕੰਮ ਧੰਦਾ। ਮੈਂ ਵੇਖਾਂ ਬੰਦੇ ਦੋ ਮੈਂ ਲਾ ਕੇ ਗਿਆ, ਕਿੱਥੇ ਚਲ ਗਏ ਆ? ਮੈਂ ਤਾਂ ਐਵੇਂ ਇਹਦੇ ਨਾਲ ਤੁਰ ਪਈ ਝੁੱਡੂ ਜੇ ਨਾ। ਜਾ ਗਾ, ਚਲ ਜਾ ਮੇਰੇ ਲਾਗੇ। ਆਹੋ ਅੱਡ ਕਰਾਇਆ ਗਿਆ ਤਾਂ ਕੋਈ ਸੁੱਖ ਨਹੀਂ ਆ ਮੇਰੇ ਕਰਮਾਂ ਚ ਤੇਰਾ। ਤੈਨੂੰ ਨਾ ਨੇਰੀ ਆਈ ਸੀ। ਆਹੋ ਅੱਡ ਹੋ ਜੀਏ, ਨੇਰੀ ਤੇ ਤੈਨੂੰ ਆਈ ਸੀ, ਤੂੰ ਹੀ ਆਖੀ ਜਾਣਾ ਹੀ ਘਰ ਆਣ ਕੇ ਮੈਂ ਅੱਡ ਹੋਣਾ। ਭਰਾ ਮੇਰਾ ਕੰਮ ਨਹੀਂ ਕਰਦਾ, ਮੈਂ ਤਾਂ ਸੌਖਾ ਵਾਂ। ਹਾਂ ਸੌਖਾ ਤੂੰ ਜਿਹੜਾ ਆਪਣਾ ਕੰਮ ਕਰਕੇ ਵਿਹਲੇ ਰਹੀ ਜਾ। ਜਾ ਚਲ ਜਾ। ਤੇਰਾ ਚਾਰ ਜਵਾਨੀ ਦੇ ਦੇਣ ਹੀ, ਉਹ ਵੀ ਇਹਨੇ ਇਦਾਂ ਹੀ ਮੇਰੇ ਕੱਢ ਛੜੇ ਆ। ਨਹੀਂ ਰਹਿਣੀ ਤੇਰੇ ਤੇ ਗਾਂ, ਫਿਰ ਮੇਰੀ ਜਵਾਨੀ ਦਾ ਹੀ ਜਿਹੜੀ ਨਿਕਲ ਗਈ ਆ। ਲੈ ਪਿਆ ਬੰਦਾ ਨਿੰਬੂਆਂ ਨਾਲ ਰੋਈ ਜਾਂਦਾ ਵਾ, ਅੱਧਾ ਕਿੱਲਾ ਨਿੰਬੂਆਂ ਦਾ ਵਾ, ਇਹ ਚੋਂ ਇਹਨੂੰ ਦੱਸ ਕੀ ਮਿਲਣਾ? ਅੱਧੇ ਨਿੰਬੂ ਤੇ ਉਹਨੇ ਲੈ ਲੈਣੇ ਆ, ਇਹ ਕਿਹੜੇ ਹੱਲੇ ਕੱਲਿਆਂ ਦੇ ਆ? ਇੱਕ ਫਸਲ ਲਾ ਲੈਣੀ ਆ ਤੇ ਮੁੜ ਕੇ 10 ਮਹੀਨੇ ਸੁਣਾਉਂਦੇ ਹੀ ਰਹਿਣਾ। ਆਹ ਫਸਲ, ਇੱਕ ਫਸਲ ਤੋਂ ਤੇ 100 ਦੇ ਕੰਮ ਸੁਣਾਉਂਦੇ ਆ, ਕਿਹੜਾ ਕਿਹੜਾ ਕੰਮ ਇਹਨਾਂ ਨੇ ਕਰ ਲੈਣਾ ਹੁੰਦਾ ਭਲਾ ਇੱਕ ਫਸਲ ਤੋਂ? ਕਿੱਦਾਂ ਹੀ ਦਰਦੀ ਹੋ,
ਤੇ ਹੋਰ ਆਪਣੇ ਨਿਆਣੇ ਦੇ ਵੱਡੇ ਆ ਸਾਂਝੇ ਘਰ ਚੋਂ ਪਹਿਲਾਂ ਪਲ ਪੂਲ ਗਏ ਆ ਜਦੋਂ ਮੇਰੀ ਵਾਰੀ ਆਈ ਤੇ ਕੀ ਕਹਿੰਦੇ ਮੇਰਾ ਮਨਪ੍ਰੀਤ ਆਈ ਵਾਰੀ ਆਈ ਪਤੀਲਾ ਖੜ ਕੇ ਉਹ ਗੱਲ ਤੇ ਮੇਰੇ ਨਾਲ ਹੋਈ ਆ ਮੇਰੀ ਵਾਰੀ ਆਈ ਤੇ ਪਤੀਲਾ ਦਿੱਤੇ ਉਹੀ ਕਿ ਮੇਰੀ ਵਾਰੀ ਆਈ ਇਦਾਂ ਹੀ ਹੋ ਗਿਆ ਸਾਰਾ ਕੁਝ ਤੇ ਸਾਂਭ ਲਿਆ ਤੇ ਹੁਣ ਮੈਂ ਤਤਰੀ ਦਾਲ ਭਾਬੀ ਨਿਕਾਦੀ ਸਤਿ ਸ੍ਰੀ ਅਕਾਲ ਤੇਰੀ ਮੇਰੀ ਕਿੱਦਾਂ ਚੁਗਲੀਆਂ ਕਰਨ ਡਈ ਐ ਥੱਥੋ ਜੀ ਮੈਂ ਤੇ ਤੁਦਲੀਆਂ ਦਿੱਤੀਆਂ ਨੀ ਤੁਦਲੀਆਂ ਤੇ ਇਹਨੇ ਦਿੱਤੀਆਂ ਮੈਂ ਤੇ ਹੂੰ ਹਾਂ ਹੀ ਤੰਦੀ ਨਾ ਤੂੰ ਤੇ ਵਿਚਾਰੀ ਗੂੰਗੀ ਆ ਵਿਚਾਰੀ ਤੂੰ ਤੇ ਕੂੰਦੇ ਨਹੀਂ ਤੇ ਉਹਦੇ ਨਾਲ ਤੇ ਚੁਗਲੀਆਂ ਬਰਾਬਰ ਦੀਆਂ ਕਰਨ ਡਈ ਆ ਜਦੋਂ ਉਨੀ ਉਹਦਾ ਪਵਾੜਾ ਪਾ ਕੇ ਗਾਂ ਜਾਂਦੀ ਆ ਤੇ ਤੂੰ ਹੈ ਇਲ ਰਾਤੀ ਆ ਤੇ ਉਹ ਤੇ ਤੰਦੀ ਆ ਫਿਰ ਮੈਂ ਤੇ ਕੰਨੀ ਸਾਰਾ ਕੁਝ ਸੁਣ ਲਿਆ ਤੇ ਉਹਦੇ ਨਿਆਣੇ ਵੱਡੇ ਤੇ ਫਲਾਣ ਤੇ ਠੀਕ ਆ ਤੇ ਤੂੰ ਆਪਣਾ ਦਮ ਤਾਤੇ ਦੰਦੀ ਆ ਤੂੰ ਤਾਂ ਨਹੀਂ ਤਾਤੇ ਹੀ ਤੇ ਤੂੰ ਕਰ ਦੇਣਾ ਹੀ ਮੇਰਾ ਕੰਮ ਤੂੰ ਕੀ ਲੈਣ ਆਈ ਆ ਮੈਂ ਤਾਂ ਤਰਾਂ ਮੈਂ ਆਈ ਮੈਂ ਤੇ ਆਉਣਾ ਹੀ ਆ ਨਾ ਆ ਜਾਂਦੀ ਆ ਪਵਾੜੇ ਪਾਉਣ ਤੈਨੂੰ ਮੈਂ ਸੱਚੀਆਂ ਹੀ ਗੱਲਾਂ ਦੱਸਣ ਦੇ ਕਿਹੜਾ ਝੂਠ ਬੋਲਣ ਰਹੀ ਸੀ ਨਾ ਕਿਹੜਾ ਤੂੰ ਮੇਰਾ ਕੰਮ ਕਰਤਾ ਨਹੀਂ ਸਵੇਰੇ ਤਾਂ ਉਦਾਂ ਹੀ ਸੁੱਟ ਕੇ ਚਲ ਗਈ ਸਾਰਾ ਕੰਮ ਆਪਣਾ ਚੇਤਾ ਹੀ ਉਹ ਘਰ ਘਰ ਕੁੱਤੇ ਵਾਂਗੂ ਫਿਰਦੀ ਆ ਤੇ ਜੇ ਮੈਂ ਫਿਰਦੀ ਆ ਤਾਂ ਮੇਰੇ ਕਿਹੜੇ ਹਿੱਸੇ ਤੋਂ ਤੁਸੀਂ ਕੰਮ ਕਰਦੇ ਜੇ ਕਰਕੇ ਦਿੰਨੇ ਆ ਰਾਤ ਨੂੰ ਆਣ ਕੇ ਸਬਜ਼ੀ ਦਾ ਕੜਾਈ ਝਾਕ ਲੈਣੀ ਕੜਾਈ ਵੱਲ ਬਿੱਲੀ ਵਾਂਗ ਤੇ ਉੱਥੋਂ ਪਾ ਪਾ ਸਬਜ਼ੀ ਖਾ ਲੈਣੀ ਆ ਬਹੁਤ ਸਬਜ਼ੀਆਂ ਚੱਲ ਜੇ ਮੈਂ ਸਬਜ਼ੀਆਂ ਖਾਣੀ ਤੇ ਬਾਕੀ ਸਾਰਾ ਕੁਝ ਤੁਸੀਂ ਸੰਭਿਆ ਉਹ ਕਿਹੜਾ ਮੈਂ ਸੰਭਿਆ ਕੀ ਸੰਭਿਆ ਮੈਂ ਪੈਲੀ ਬਣੇ ਦਾ ਸਾਰਾ ਕੁਝ ਤੁਹਾਡੇ ਕੋਈ ਆ ਸਦਾਈ ਬਣਾਇਆ ਨੂੰ ਤੀਜਾ ਐਸਾ ਦਿੱਤਾ ਤੀਜਾ ਐਸਾ ਨਾ ਆਦਾ ਹੀ ਤੀਜਾ ਐਸਾ ਵਾ ਹਾਂ ਤੇ ਜਿਹੜੇ ਤੇਰੇ ਖਸਮ ਨੇ ਪੋਇਟਰੀ ਫਾਰਮ ਖੋਲਿਆ ਸੀ ਉਹ ਤੇ ਕਿੰਨਾ ਪੈਸਾ ਲੱਗਾ ਉਹ ਵੀ ਤਾਂ ਘਰੋਂ ਹੀ ਲੱਗਾ ਡੋਬਿਆ ਵੀ ਤਾਂ ਤੁਸੀਂ ਆ ਅਹੀਂ ਡੋਬਿਆ ਉਦੋਂ ਤੇ ਉਹ ਹੀ ਨਹੀਂ ਹਟਦਾ ਇਹਦੇ ਇਹ ਨਹੀਂ ਸੱਚ ਇਹਦੇ ਘਰ ਵਾਲੇ ਨੂੰ ਕਿਉਂ ਦੂਜੀ ਦੇ ਘਰ ਵਾਲੇ ਨੂੰ ਸ਼ਰਾਬ ਪਿਆਲਦਾ ਤੇ ਆਪ ਹੀ ਸ਼ਰਾਬ ਪੀਣ ਲੱਗ ਗਿਆ ਤੇਰਾ ਘਰ ਬਰਬਾਦ ਹੋਇਆ ਸਾਡਾ ਕੀ ਗਿਆ ਕਹਿ ਕਹਿ ਕੇ ਤੁਸੀਂ ਕਰਾਤਾ ਕਿ ਹੋਇਆ ਤੇ ਨਹੀਂ ਹੁਣ ਦਿਨ ਰਾਤ ਸ਼ਰਾਬ ਪੀ ਛੱਡਦਾ ਆਪਣੀ ਹਾਲਤ ਵੇਖ ਲਾ ਪਹਿਲਾਂ ਕਿਦਾ ਸਜਣਾ ਸਿਰ ਵਾਲਾ ਕਹੇ ਭਈ ਚੁਗਲੀਆਂ ਵਾਲੀ ਧਿਆਨ ਮਾ ਪਾਸ ਤੇਰਾ ਹੁਣ ਦੀ ਲੜੀ ਜਾਣਾ ਮੈਂ ਦਾਵਾਂ ਫੇ ਮੋਤੇ ਨਹੀਂ ਦੇਣੇ ਤੂੰ ਤੂੰ ਆਉਣੀ ਆ ਲੜਾਈ ਕਰਨ ਲੜਾਈ ਤੇ ਦੋ ਦਾ ਦਿਨ ਨਹੀਂ ਆ ਕਿਹੜੇ ਸਮੋਸੇ ਕਿਹੜੇ ਸਮੋਸੇ ਮੋਤੇ ਲੈਂਦੇ ਹੀ ਥਾਣੇ ਹੀ ਮੈਂ ਆਪਣੇ ਪੈਸੇ ਨਹੀਂ ਮੰਗਾਏ ਟੈਨਸ਼ਨ ਨਾ ਲਓ ਚਾ ਸਮੋਸੇ ਖਾ ਕੇ ਤੇ ਸਾਡੇ ਘਰ ਹੀ ਸਮੋਸੇ ਖਾਂਦੀਆਂ ਤੇ ਸਾਡੀਆਂ ਚੁਗਲੀਆਂ ਕਰਦੀਆਂ ਤੁਸੀਂ ਦਾ ਨਹੀਂ ਤੂੰ ਤੂੰ ਮੋਤੇ ਲੈ ਤੇ ਆਈ ਆ ਤੇ ਘਰੋਂ ਹੀ ਆਏ ਸਮੋਸੇ ਮੇਰਾ ਨਿੱਤਾ ਵੀ ਲੈ ਤੇ ਆਇਆ ਤੂੰ ਮੋਤੇ ਪਤਾ ਲੱਗ ਗਿਆ ਨਾ ਹੁਣ ਤੈਨੂੰ ਪਤਾ ਲੱਗ ਗਿਆ ਨਾ ਤੋਤੀ ਨਹੀਂ ਦੇਣੇ ਨਾ ਦੇ ਮੈਂ ਲਾਣ ਨਾ ਤੜਾਈ ਮੇਰਾ ਤਾਤਾ ਦੇ ਤੁੱਤਾ ਉੱਠ ਦੂਗਾ ਜਾ ਜਾ ਤਾਂ ਦਾਤੇ ਨਹੀਂ ਮੈਂ ਲੈ ਤੇ ਆਈ ਆਪਣਾ ਤਾਤਾ ਮੈਂ ਲੜਾਈ ਥੋੜਾ ਉਹਨੂੰ ਦਿਥਾਉਣੀ ਹੀਗੀ ਨਹੀਂ ਜਾ ਨਹੀਂ ਜਾ ਜਾ ਕਾਕਾ ਤਾਤਾ ਮੇਰਾ ਲਾਦੀਆਂ ਰਹਿੰਦੀਆਂ ਚੰਗੀ ਤੇਰੇ ਕਰਕੇ ਮਗਾਈ ਸਮੋਸੇ ਪੈ ਜਾ ਖਾ ਲ ਤੂੰ ਮੈਨੂੰ ਦੇ ਦੀ ਉਧਰ ਟੰਦਾ ਚੱਲ ਕੋਈ ਨਹੀਂ ਮੈਂ ਫਿਰ ਉਧਰ ਨਹੀਂ ਤੂੰ ਆ ਤੈਨੂੰ ਚੰਗੀ ਦਾ ਸਮੋਸੇ ਖਵਾਲਦੀ ਚਟਨੀ ਲਾ ਕੇ ਦੀਦੀ ਤੁਸੀਂ ਵੀ ਜਾਣ ਕੇ ਲੜਾਈ ਮੁੱਲ ਲੈਣ ਦੇ ਸਮੋਸੇ ਲਿਆਂਦੇ ਮੈਂ ਖਾਣੇ ਉਹਨੇ ਤੁਹਾਨੂੰ ਕੀ ਦਿੱਜੇ ਪਾਸੇ ਨਹੀਂ ਜਿੰਨੇ ਮਰਜ਼ੀ ਸਮੋਸੇ ਖਾਓ ਪਰ ਪਨੀਰ ਵਾਲੇ ਪਕੌੜੇ ਲਿਆ ਲਿਆ ਖਾਓ ਪਰ ਜੋ ਮਰਜ਼ੀ ਭਾਵੇਂ ਉਹਨੂੰ ਉੱਥੇ ਲੈ ਜਾ ਹੋਟਲਾਂ ਦੇ ਵਿੱਚ ਪੀਜੇ ਖਵਾ ਹਾਂ ਮੇਰੇ ਵੱਲੋਂ ਪਰ ਮੇਰੀਆਂ ਕਾਹਤੋਂ ਚੁਗਲੀਆਂ ਕਰਨ ਡਈਆਂ ਸੀ ਤੁਸੀਂ ਸੱਚੀਆਂ ਹੀ ਕਰਨ ਡਏ ਝੂਠ ਤੇ ਨਹੀਂ ਬੋਲਣ ਡਏ ਆ ਜਿਹੜੀ ਬੋਦੀ ਜੀ ਹੈ ਨਾ ਫੜ ਕੇ ਭਵਾ ਦੇਣੀ ਮੈਂ ਤੇਰੀ ਅੱਡ ਹੋ ਗਏ ਵੀ ਨਹੀਂ ਤੂੰ ਮੈਨੂੰ ਟਿਕਣ ਦਿੰਦੀ